ਪਟਿਆਲਾ ਦੇ ਡਕਾਲਾ ਵਿੱਚ ਹੀ ਬੂਥ ਕੈਪਚਰਿੰਗ ਦਾ ਮਾਮਲਾ ਵੀ ਸਾਹਮਣੇ ਆਇਆ ਇਸ ਮਾਮਲੇ ਤੇ ਜ਼ਿਆਦਾ ਜਾਣਕਾਰੀ ਲਈ ਸਾਡੇ ਨਾਲ ਜੁੜ ਚੁੱਕੇ ਨੇ ਡਕਾਲਾ ਤੋਂ ਸਾਡੇ ਪੱਤਰਕਾਰ ਜਗਤਾਰ ਸਿੰਘ ਪੁੱਲਰ ਜੀ ਜਗਤਾਰ ਬੂਥ ਕੈਪਚਰਿੰਗ ਦਾ ਮਾਮਲਾ ਦੱਸਿਆ ਜਾ ਰਿਹਾ ਕਿ ਉੱਥੋਂ ਸਾਹਮਣੇ ਆ ਰਿਹਾ ਕਿਹੋ ਜਿਹਾ ਮਾਹੌਲ ਹੈ ਉੱਥੇ ਬਿਲਕੁਲ ਇੰਦਰ ਜੀ ਤੇ ਡਕਾਲਾ ਦਾ ਇਹ ਬੂਥ ਨੰਬਰ ਹੈਗਾ 136 ਜਿੱਥੇ ਪੂਰੇ 1 ਵਜੇ ਕਾਲੀ ਵਰਕਰਾਂ ਵੱਲੋਂ ਬੂਥ ਕੈਪਟਰੀਜ਼ਿੰਗ ਕੀਤੀ ਗਈ ਹੈ ਸਮਾਨ ਖੋਇਆ ਗਿਆ ਔਰ ਜਿੰਨਾ ਵੀ ਜਿਹੜਾ ਚੋਣ ਅਮਲਾ ਸਟਾਫ ਆ ਉਹ ਵਿਹਲਾ ਹੋ ਗਿਆ ਔਰ ਉਹਨਾਂ ਨੇ ਤੁਰੰਤ ਆਪਣੇ ਜਿਹੜੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ ਔਰ 1 ਵਜੇ ਤੋਂ ਲੈ ਕੇ ਹੁਣ 3 ਵਜੇ ਨੇ ਤੇ ਹੁਣ ਦੁਬਾਰਾ ਉੱਥੇ ਵੋਟਾਂ ਦੀ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ ਇੱਥੋਂ ਤੱਕ ਭਾਰੀ ਨਫਰੀ ਚੋਂ ਇਸ ਪੋਲਿੰਗ ਬੂਥ ਦੇ ਪੁਲਿਸ ਤਨਾਤ ਕੀਤੀ ਗਈ ਸੀ ਔਰ ਪੁਲਿਸ ਵੀ ਕਾਲੀ ਵਰਕਰਾਂ ਤੋਂ ਡਰਦੀ ਮਾਰੀ ਇਸ ਤਰ੍ਹਾਂ ਵੜ ਗਈ ਜਿਸ ਤਾਂ ਚੂਵੇ ਬਿੱਲੀ ਨੂੰ ਵੇਖ ਕੇ ਡਰ ਜਾਂਦੇ ਹੈਗੇ ਨੇ ਰੁੱਡਾਂ ਦੇ ਵਿੱਚ ਉਦਾਂ ਹੀ ਇਹ ਡਕਾਲੇ ਦੇ ਵਿੱਚ ਅੱਜ ਆਪਰੇ ਹੈ ਅਗਰ ਔਰ ਮੌਕੇ ਤੇ ਜਿਹੜੇ ਰਾਣੇਂਦਰ ਹੈਗੇ ਨੇ ਇੱਥੋਂ ਦੇ ਹਲਕਾ ਡਕਾਲੇ ਤੋਂ ਸਮਾਣੇ ਤੋਂ ਜਿਨ੍ਹਾਂ ਨੇ ਇਲੈਕਸ਼ਨ ਲੜੀ ਸੀ ਉਹ ਮੌਕੇ ਤੇ ਪਹੁੰਚੇਗੇ ਔਰ ਇੱਥੋਂ ਤੱਕ ਜਦੋਂ ਜਿਹੜਾ ਚੋਣ ਅਮਲਾ ਸਟਾਫ ਨੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾਗਾ ਤਦ ਜਾ ਕੇ ਪੂਰੇ 3 ਵਜੇ ਜਿੱਥੋਂ ਪਟਿਆਲਾ ਦੇ ਜਿਹੜੇ ਏਡੀਸੀ ਆਪਣੇ ਪੂਰੇ ਚੋਣ ਅਮਲਾ ਸਟਾਫ ਦੇ ਨਾਲ ਪਹੁੰਚ ਕੇ ਉਹਨਾਂ ਨੇ ਪੂਰੀ ਪ੍ਰਕਿਰਿਆ ਨੂੰ ਜਾਣੂ ਕੀਤਾਗਾ ਔਰ ਉਹ ਜਿਨ੍ਹਾਂ ਵੀ ਚੋਣ ਅਮਲਾ ਸਟਾਫ ਹੋਣਾ ਕੋ ਜਾਣਕਾਰੀ ਲਈ ਔਰ ਲੱਗਦਾ ਜਿਸ ਤਰ੍ਹਾਂ ਇਹ ਲੋਕ ਸਮ ਪਾਇਆ ਜਾ ਰਿਹਾ ਹੈਗਾ ਔਰ ਇਹ ਵੀ ਕਹਿ ਜਾ ਜਾ ਸਕਦਾ ਹੈ ਜਿਸ ਤਰ੍ਹਾਂ ਐਡੀਸੀ ਨੇ ਪੂਰਾ ਰਿਕਾਰਡ ਚੈੱਕ ਕੀਤਾ ਹੈਗਾ ਵਾ ਔਰ ਜਿੰਨੀਆਂ ਵੀ ਉਹਨਾਂ ਨੇ ਵੋਟਰ ਸੂਚੀਆਂ ਦੇਖੀਆਂ ਹੈ ਬੈਲਟ ਪੇਪਰ ਦੇਖਿਆਗੇ ਨੇ ਤੇ ਯਕੀਨਨ ਤੌਰ ਤੇ ਅਗਰ ਸਹੀ ਹੈ ਇਥੇ ਨਿਰਪੱਖ ਜਾਂਚ ਹੋਈ ਤੇ ਇਸ 136 ਪੋਲਿੰਗ ਬੂਥ ਤੇ ਦੁਬਾਰਾ ਚੋਣ ਹੋ ਸਕਦੀ ਹੈ ਜੀ ਇੰਦਰਜੀਤ ਜੀ ਜਗਤਾਰ ਜਿਵੇਂ ਤੁਸੀਂ ਦੱਸਿਆ ਕਿ ਬੂਥ ਕੈਪਟਨਿੰਗ ਕੀਤੀ ਗਈ ਕਿ ਹੋਂ ਉਥੇ ਦੁਬਾਰਾ VOTING ਸ਼ੁਰੂ ਹੋ ਗਈ ਹੈ ਇੰਦਰਜੀਤ 2 ਘੰਟੇ ਬਾਅਦ ਜਿਹੜਾ 136 ਨੰਬਰ ਬੂਥ ਹੈਗਾ ਦੁਬਾਰਾ ਹੋਈ ਇੱਥੇ ਪੋਲਿੰਗ ਪ੍ਰਕਿਰਿਆ ਸ਼ੁਰੂ ਹੋਈ ਹੈ ਜਾਨੀ ਕਿ ਲੋਕ ਜਿਹੜੇ 2 ਘੰਟੇ ਲਾਈਨਾਂ ਬਣਾ ਕੇ ਖੜੇ ਰਹੇਗੇ ਔਰ ਜਿਹੜਾ ਚੋਣ ਅਫਸਰ ਸਟਾਫ ਸੀ ਉਹ ਵੀ ਹਾਥਾਂ ਤੇ ਹਰ ਤਰ ਕੇ ਬੈਠੇ ਆਗੇ ਸੀ ਜਦੋਂ ਦੁਬਾਰਾ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਦੁਬਾਰਾ ਇੱਥੇ ਪਹੁੰਚੇ ਆਗੇ ਤੇ ਤਾਦੇ ਜਿਹੜੀ ਪ੍ਰਕਿਰਿਆ ਸ਼ੁਰੂ ਹੋਈ ਹੈ ਔਰ ਇਹ ਕਾਫੀ ਵੱਡਾ ਸੈਂਟਰ ਮੰਨਿਆ ਜਾ ਰਿਹਾ ਹੈਗਾ ਔਰ 10 ਜਿਹੜੇ ਇੱਥੇ ਦੇ ਹਾਜ਼ਰੀਨ ਆਗੇ ਨੇ ਜਿਨ੍ਹਾਂ ਨੇ ਇਹ ਮੌਕਾ ਵੇਖਿਆ ਹੈਗਾ ਆਪਣੀ ਅੱਖਾਂ ਦੇ ਨਾਲ ਵੇਖਿਆ ਹੈਗਾ ਉਹਨਾਂ ਦਾ ਸੀ ਔਰ 136 ਨੰਬਰ ਪੋਲਿੰਗ ਬੂਥ ਚ ਗਏ ਆਗੇ ਔਰ ਜੋ ਵੀ ਉਹਨਾਂ ਨੇ ਆਪਣੀ ਜਿਹੜਾ ਹੜਕੰਪਮ ਬਚਾਇਆ ਹੈਗਾ ਗੁੰਡਾਗਰਦੀ ਦਿਖਾਈ ਆ ਗਈ ਔਰ ਉਥੇ ਜਿੰਨਾ ਵੀ ਜਿਹੜਾ ਚੋਣਾ ਮਲਾ ਸਟਾਫ ਡਰ ਗਏ ਉਥੋਂ ਦਾ ਕਿ ਜਿਹੜੇ ਗੇਟ ਦੇ ਵਲੇ ਹਾਲੇ ਕਿ ਅਗਰ ਕਿਸੇ ਆਮ ਜਿਹੜਾ ਵੋਟਰ ਹੈਗਾ ਉਹਨੇ ਆਪਣੀ ਵੋਟ ਪਾਉਣ ਆਣਾ ਹੈਗਾ ਤੇ ਤਦ ਉਹਦਾ ਪੂਰੀ ਪਰਚੀ ਦੇਖੀ ਜਾ ਸਕਦੀ ਆ ਪਰ ਜਦੋਂ ਕਾਲੀ ਵਰਕਰਾਂ ਦਾ ਜਿਹੜਾ ਹਜੂਮ ਆਇਆ ਹੈਗਾ ਨਾ ਉਹ ਪਿੱਛੇ हट ਗਿਆ ਹੈਗਾ ਔਰ ਜਿਹੜਾ ਕਾਰ ਆਗਾ ਉਹ ਸਾਰਿਆਂ ਦੇ ਸਾਹਮਣੇ ਹੈਗਾ ਕਿ ਉਹ ਅੱਜ ਜਿਸ ਤਰ੍ਹਾਂ ਬਿਹਾਰ ਬਿਹਾਰ ਦੇ ਵਿੱਚ ਜੂਪੀ ਬਿਹਾਰ ਦੇ ਵਿੱਚ ਬੂਥ ਲੁੱਟੇ ਜਾਂਦੇ ਹੈਗੇ ਜੋ ਡਕਾਲਾ ਦਾ 136 ਨੰਬਰ ਬੂਥ ਡੁੱਟਿਆ ਗਿਆ ਜੀ ਦਫ਼ਤਰ ਤੁਸੀਂ ਦੱਸ ਰਹੇ ਹੋ ਕਿ ਬੂਥ ਕੈਪਚਰਿੰਗ ਹੋਈ ਐ ਤੇ ਜਿਵੇਂ ਕਿ ਦਾਅਵੇ ਕੀਤੇ ਜਾ ਰਹੇ ਸੀ ਸੱਤਾਧਾਰੀ ਸਰਕਾਰ ਵੱਲੋਂ ਕਿ ਵੱਡੀ ਗਿਣਤੀ ਚ ਸੁਰੱਖਿਆ ਕਰਮੀ ਤਨਾਤ ਕੀਤੇ ਜਾਣਗੇ ਪੁਲਿਸ ਮੁਲਾਜ਼ਮ ਤਨਾਤ ਕੀਤੇ ਜਾਣਗੇ ਉਥੇ ਡਕਾਲਾ ਦੇ ਵਿੱਚ ਕੀ ਉਥੇ ਕੋਈ ਪੁਲਿਸ ਮੁਲਾਜ਼ਮ ਨਹੀਂ ਸੀ ਉਥੇ ਪੁਲਿਸ ਦਾ ਰਵਈਆ ਕਿਹੋ ਜਿਹਾ ਸੀ ਕਾਲੇ ਦੇ ਸਰਪੰਚ ਜੁੜ ਚੁਕੇ ਅਸੀਂ ਇਹਨਾਂ ਦੇ ਨਾਲ ਗੱਲ ਕਰ ਤੁਸੀਂ ਸਾਨੂੰ ਦੱਸੋ ਤੁਸੀਂ ਸਾਨੂੰ ਤੁਸੀਂ ਇੰਦਰ ਇੰਦਰ ਜੀ ਸਾਡੇ ਨਾਲ ਡਕਾਲਾ ਦੇ ਸਰਪੰਚ ਜੁੜ ਚੁਕੇਗੇ ਇਹਨਾਂ ਦੇ ਨਾਲ ਕਾਰਵਾਈ ਕਰਦੇ ਕੀ ਜੀ ਦੱਸਿਆ ਜਾ ਰਿਹਾ ਕਿ ਇੱਥੇ ਲੁੱਟੇ ਤੁਸੀਂ ਦੱਸੋ ਕੀ ਤੁਸੀਂ ਮੌਕੇ ਤੇ ਹਾਜ਼ਰ ਸੀ ਲੁੱਟਾ ਅਸੀਂ ਮੌਕੇ ਤੇ ਹਾਜ਼ਰ ਦੀ ਜure ਕੋਈ ਲੁੱਟ ਨਹੀਂ ਹੋਈ ਕਿਹੜੀ ਲੁੱਟ ਹੋਈ ਜure ਦੱਸੋ ਕਿਹੜਾ ਗੁੰਡਾਗਰਦੀ ਹੋਈ ਆ ਤੁਸੀਂ ਉਹੀ ਬਲੇਮ ਲਾਈ ਜਾ ਰਹੇ ਹੋ ਜੇ ਨਹੀਂ ਜੇ 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 ਗੁੰਡਾਗਰਦੀ ਨਹੀਂ ਹੋਈ ਐਡੀਸੀ ਇੱਥੇ ਜਿੰਨਾ ਚੋਣਮਰ ਸਟਾਰ ਮੌਕੇ ਤੇ ਸਨੌਰ ਐਸ ਐਚਓ ਆਏਗੇ ਨਹੀਂ ਸਾਰੀਆਂ ਉਹ ਆ ਰੂਟੀਨ ਬੈਜ ਬਣਿਆ ਹੋਇਆ ਅਫਸਰਾਂ ਦਾ ਰੂਟੀਨ ਮੈਟਰ ਉਹਨਾਂ ਨੇ ਚੈਕਿੰਗ ਕਰਨੀ ਹੈ ਉਹਨਾਂ ਦੀ ਡਿਊਟੀ ਬਣਦੀ ਹੈ ਅਫਸਰਾਂ ਦੀ ਅਮਲ ਕਰਨੇ ਔਰ ਇਹ ਦੱਸੋ ਸਾਨੂੰ ਕਿ ਸਿਰਫ 136 ਨੰਬਰ ਬੂਥਿੰਗ ਦੀ ਦੁਬਾਰਾ ਕਿਉਂ ਪੂਰਾ ਰਿਕਾਰਡ ਕਿਉਂ ਦੇਖਿਆ ਗਿਆਗਾ ਅਫਸਰਾਂ ਦੀ ਮਰਜ਼ੀ ਹੈ ਜਿਹੜੇ ਮਰਜ਼ੀ ਨੂੰ ਚੈੱਕ ਕਰ ਸਕਦੇ ਉਹ ਅਫਸਰਾਂ ਦੀ ਜਿਹੜੇ ਮਰਜ਼ੀ ਨੂੰ ਜਿਹੜੇ ਚੈੱਕ ਕੀਤੇ ਜਾ ਰਹੇ ਇਹ ਤੁਸੀਂ ਉਹੀ ਬਲੇਮ ਲਾਈ ਜਾ ਰਹੇ ਇੰਦਰਜੀ ਦੇ ਸਾਡੇ ਨਾਲ ਸਰਪੰਚ ਆ ਗਏ ਸਰਪੰਚ ਦਾ ਕਹਿ ਹੈ ਕਿ ਇੱਥੇ ਕੋਈ ਵੀ ਜਿਹੜੀ ਬੂਥ ਲੁੱਟਿਆ ਨਹੀਂ ਗਿਆ ਹੈਗਾ ਔਰ ਜਿਹੜੇ ਅਫਸਰ ਆਏਗੇ ਉਹ ਆਪਣੇ ਇੱਕ ਰਿਟੀਨ ਮੈਟਰ ਦੇਖਣ ਆਏਗਾ ਪਰ ਜਿਹੜੀ ਸਚਾਈ ਆ ਉਹ ਸਚਾਈ ਇਹ ਹੈ ਕਿ ਸਾਰੇ ਪਿੰਡ ਨੂੰ ਪਤਾ ਹੈਗਾ ਕਿ ਇਸ ਬੂਥ ਵਿੱਚ ਕੀ ਹੋਇਆ ਜਿੰਦਰਜੀਤ ਜਗਤਾਰ ਜੀ ਵੀ ਸਰਪੰਚ ਨਕਾਰ ਰਹੇ ਸੀਗੇ ਇੱਥੇ ਕੋਈ ਬੂਥ ਕੈਪਚਰਿੰਗ ਨਹੀਂ ਹੋਈ ਕੋਈ ਗੁੰਡਾਗਰਦੀ ਨਹੀਂ ਕੀਤੀ ਗਈ ਪਰ ਪੁਲਿਸ ਮੁਲਾਜ਼ਮਾ ਨੇ ਖੁਦ ਹੀ ਜਾਂਚ ਅਧਿਕਾਰੀਆਂ ਨੇ ਜਿਵੇਂ ਤੁਸੀਂ ADC ਵੀ ਕਹਿ ਰਹੇ ਹੋ ਉਹਨਾਂ ਨੇ ਹੀ ਖੁਦ ਇਹ ਕਾਇਆ ਕੀ ਇੱਥੇ ਹੋਈ ਹੈ ਤੇ ਉਸ ਤੋਂ ਬਾਅਦ ਸਾਰੀ ਜਾਂਚ ਕੀਤੀ ਗਈ ਹੈ ਇਸ ਦਾ ਮਤਲਬ ਇਹ ਸਭ ਕੁਝ ਹੋਇਆ ਹੈ ਬਿਲਕੁਲ ਜਿਸ ਤਰ੍ਹਾਂ ਸਰਪੰਚ ਇੱਥੋਂ ਦੇ ਕਹਿ ਰਹੇ ਹੈਗੇ ਨੇ ਕਿ ਇੱਥੇ ਦਾ ਜਿਹੜਾ ਬੜੀ ਸ਼ਾਂਤਮਈ ਤਰੀਕੇ ਦੇ ਨਾਲ ਵੋਟਾਂ ਪੈ ਰਹੀਆਂ ਹੈਗੀਆਂ ਪਰ ਸਵਾਲ ਇਹ ਹੈ ਕਿ 1 ਵਜੇ ਤੋਂ ਲੈ ਕੇ 3 ਵਜੇ ਤੱਕ ਉਹ 136 ਨੰਬਰ ਜਿਹੜੀ ਬੂਥ ਆ ਉਹ ਇੱਥੇ ਵੋਟਾਂ ਕਿਉਂ ਰੋਕੀਆਂ ਗਈਆਂ ਹੈਗੀਆਂ ਉਹ ਜਿੱਥੋਂ ਤੱਕ ਸਿਵਲ ਪ੍ਰਸ਼ਾਸਨ ਦਾ ਹੈਗਾ ਉਹ ਐਡੀਸੀ ਜਿਹੜੇ ਆਏ ਨੇ ਪਟਿਆਲੇ ਦੇ ਉਹਨਾਂ ਨੇ ਜਿਹੜੀ ਆਪਣੀ ਰਿਪੋਰਟ ਆ ਉਹ ਡਿਪਟੀ ਕਮਿਸ਼ਨਰ ਨੂੰ ਸੌਂਪ ਦਿੱਤੀ ਹੈਗੀ ਆ ਔਰ ਸ਼ਾਮ ਤੱਕ ਪਤਾ ਲੱਗ ਜਾਏਗਾ ਕਿ 136 ਜਿਹੜਾ ਪੋਲਿੰਗ ਬੂਥ ਹੈਗਾ ਸੀ ਡਕਾਲਾ ਉੱਥੇ ਕੀ ਵਾਪਰਿਆ ਹੈਗਾ ਜੀ ਇੰਦਰਜੀਤ ਜੀ ਜਗਤਾਰ ਇੱਥੇ ਕਾਫੀ ਜਿਹੜਾ ਹੈ ਹਾਦਸੇ ਹੁੰਦੇ ਰਹੇ ਪਟਿਆਲਾ ਦੇ ਵਿੱਚ ਹਿੰਸਾ ਘਟਨਾਵਾਂ ਵੀ ਹੁੰਦੀਆਂ ਰਹੀਆਂ ਨੇ ਤੇ ਡਕਾਲਾ ਦੇ ਵਿੱਚ ਵੀ ਹੁਣ ਖਾਸ ਕਰਕੇ ਉੱਥੇ ਬੂਥ ਕੈਪਚਰਿੰਗ ਹੋਈ ਹੈ ਤੇ ਇੱਥੇ ਜੇ ਗੱਲ ਕਰੀਏ VOTING ਦੀ ਹੁਣ ਤੱਕ ਕਿੰਨੀ ਕੁ VOTING ਹੋ ਚੁੱਕੀ ਹੈ ਕਿਉਂਕਿ ਵਿੱਚੋਂ 2 ਘੰਟੇ ਜਿਹੜਾ ਹੈ ਬੰਦ ਵੀ ਰਹੀ ਹੈ VOTING ਇੰਦਰਜੀ ਦੇ ਫਿਲਹਾਲ ਇਹ ਦੱਸਣਾ ਨਾਮਿਕ ਪੁਣਾ ਹੈ ਕਿ ਕਿੰਨੇ ਪਰਸੈਂਟ ਵੋਟ ਹੋਈ ਹੈ ਇਹ ਤੇ ਸ਼ਾਮ ਤੱਕ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨ ਹੈਗਾ ਉਹ ਦੱਸੇਗਾ ਕਿ ਪੂਰੇ ਪੰਜਾਬ ਚ ਕਿੰਨੀ VOTING ਪਰਸੈਂਟ ਹੋਈ ਹੈ ਪਰ ਜਿਸ ਤਰ੍ਹਾਂ ਪੂਰੇ ਪੰਜਾਬ ਚ ਖਬਰਾਂ ਆ ਰਹੀਆਂ ਹੈਗੀਆਂ ਉਹ ਕਾਫੀ ਲੋਕ ਸਹਿਮੇ ਆ ਰਹੇ ਹੈਗੇ ਨੇ ਔਰ ਦੇਖਦੇ ਆ ਕਿ ਜਿਹੜੇ ਉਹਨਾਂ ਵੋਟ ਪ੍ਰਕਿਰਿਆ ਆ ਗਈ ਹੈ ਸ਼ਾਮ ਦੇ 4 ਵਜਨ ਵਾਲੇ ਹੈਗੇ ਨੇ ਕਿੰਨੀ ਪਰਸੈਂਟ ਵੋਟ ਹੁੰਦੀ ਔਰ ਜੋ ਵੀ ਜਿਹੜੇ ਵੀ ਪੋਲਿੰਗ ਬੂਥ ਬਣਾਏ ਗਏ ਜਿੰਨੇ ਵੀ ਸਰਕਾਰੀ ਸਕੂਲ ਆ ਗਏ ਉਹਨਾਂ ਦੇ ਪੋਲਿੰਗ ਬੂਥ ਬਣਾਏ ਗਏ ਉੱਤੇ ਔਰ ਉੱਥੋਂ ਪਤਾ ਲੱਗੂਗਾ ਜੋ 4 ਵਜੇ ਤੱਕ ਉਸ ਸਕੂਲ ਦੇ ਵਿਹੜੇ ਵਿੱਚ ਆ ਗਿਆ ਉਹ ਆਪਣੀ ਵੋਟ ਪਾਉਣ ਦਾ ਹੱਕਦਾਰ ਹੈਗਾ ਜੀ ਇੰਦਰਜੀਤ ਜੀ ਜੇਕਤਾਰ ਉੱਥੇ ਹੁਣ ਸੁਰੱਖਿਆ ਦੇ ਪ੍ਰਬੰਧ ਕਿਵੇਂ ਨੇ ਕਿਉਂਕਿ ਜਦੋਂ ਬੂਥ ਕੈਪਚਰਿੰਗ ਹੋਈ ਕਿ ਉਸ ਵੇਲੇ ਪੁਲਿਸ ਮੁਲਾਜ਼ਮ ਉੱਥੇ ਤਾਇਨਾਤ ਸਨ ਕਿੰਨੇ ਕੁ ਗਿਣਤੀ ਵਿੱਚ ਉਹ ਤਾਇਨਾਤ ਸਨ ਤੇ ਹੋਰ ਉਹਥੇ ਕਿੰਨੇ ਕੁ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਨੇ ਇੰਦਰਜੀਤ ਜਿਹੜੇ ਪੁਖਤਾ ਪ੍ਰਬੰਧ ਆ ਗਏ ਨੇ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਬਕਾਇਦਾ ਤੌਰ ਤੇ ਪੰਜਾਬ ਸਰਕਾਰ ਨੂੰ ਨਿਰਦੇਸ਼ ਜਾਰੀ ਕੀਤੇ ਗਏ ਨੇ ਹਰ ਪੋਲਿੰਗ ਬੂਥ ਤੇ ਮੁਲਾਜ਼ਮ ਬਿਠਾਏ ਗਏ ਹੈਗੇ ਨੇ ਰਔਰ ਕਟੋ-ਕਟ ਜਿਹੜੇ ਵੱਡੇ ਪੋਲਿੰਗ ਬੂਥ ਹੈਗੇ ਉੱਥੇ ਏਐਸਆਈ ਰੈਂਕ ਦੇ ਅਫੀਸਰ ਬਿਠਾਏ ਗਏ ਹੈਗੇ ਨੇ ਇਸ ਦੇ ਬਾਵਜੂਦ ਕਈ ਜਿਹੜੇ ਪੋਲਿੰਗ ਬੂਥ ਹੈਗੇ ਨੇ ਉੱਥੇ ਇਦਾਂ ਦੀ ਕਾਰਵਾਈ ਵੇਖ ਨੂੰ ਮਿਲਦੀ ਆ ਜਿਸ ਤੱਕ ਡੇਰਾ ਬੱਸ ਜਿਵੇਂ ਆਪਣੀ ਵਾਪਰੀ ਸੀ ਉਸ ਤੋਂ ਬਾਅਦ ਰਖੜਾ ਦੇ ਨਾਲ ਹੀ ਪਿੰਡ ਹੈਗਾ ਥੇੜੀ ਉੱਥੇ ਵਾਪਰੀ ਹੈਗੀ ਸੀ ਤੇ ਕੁੱਲ ਮਿਲਾ ਕੇ ਕਿਤੇ ਨਾ ਕਿਤੇ ਇਦਾਂ ਦੀਆਂ ਘਟਨਾਵਾਂ ਸੁਣਨ ਨੂੰ ਔਰ ਦੇਖਣ ਨੂੰ ਮਿਲ ਰਹੀਆਂ ਹੈਗੇ ਨੇ ਜੀ)^{(INDRAJIT)} ਜੀ ਜਗਤਾਰ ਅਸੀਂ ਉਹ ਗੱਲ ਕਰ ਰਹੇ ਸੀ ਸੁਰੱਖਿਆ ਦੀ ਉੱਥੇ ਇਸ ਵੇਲੇ ਕਿੰਨੀ ਕੁ ਸੁਰੱਖਿਆ ਹੈ ਹੁਣ VOTING ਕਿੰਨੀ ਕੁ ਹੋ ਰਹੀ ਹੈ ਕਿੰਨੇ ਕੁ VOTER ਆ ਰਹੇ ਨੇ ਇਸ ਵੇਲੇ ਕਿਉਂਕਿ 2 ਘੰਟੇ ਜਦੋਂ ਬੰਦ ਰਹੀ ਉਦੋਂ ਕਾਫੀ ਭੀੜ ਸੀ VOTERਾਂ ਦੀ ਤੇ ਇਸ ਵੇਲੇ ਕਿੰਨੇ ਕੁ VOTER ਨੇ ਉੱਥੇ ਔਰ ਕਾਫੀ ਇੰਦਰਜੀ ਦੇ ਵੋਟਰ ਆ ਗਏ ਨੇ ਇੱਥੇ 136 ਨੰਬਰ ਜਿਸ ਦਾ ਮੈਂ ਪਹਿਲਾਂ ਹੀ ਜ਼ਿਕਰ ਕਰ ਚੁੱਕਾ ਆ ਗਿਆ ਇੱਥੇ ਵੋਟਾਂ ਦੁਬਾਰਾ ਪੈਣੀਆਂ ਸ਼ੁਰੂ ਹੋ ਗਈਆਂ ਤੇ ਇਸ ਟਾਈਮ ਜਿਹੜੀ ਪੁਲਿਸ ਨਫਰੀ ਉਹ ਕਾਫੀ ਵਧਾ ਦਿੱਤੀ ਗਈ ਹੈਗੇ ਨੇ ਕਮਾਂਡੋ ਲਗਾ ਦਿੱਤੇ ਗਏ ਨੇ ਔਰ ਸੀਨੀਅਰ ਅਧਿਕਾਰੀ ਇੱਥੇ ਤਨਾਤ ਕਰ ਦਿੱਤੇ ਗਏ ਨੇ ਕਿ ਤਾਂ ਜੋ ਕੁਝ ਅੱਗੇ ਤੋਂ ਅਜਿਹੀ ਕਾਰਵਾਈ ਨਾ ਹੋਵੇ ਔਰ ਲੋਕਾਂ ਦੀ ਜਿਹੜੀ ਆਪਣੇ ਜਿਹੜਾ ਉਹ ਬਿਨਾਂ ਕਿਸੇ ਡਰ ਬਿਨਾਂ ਕਿਸੇ ਭੈਪੀ ਤੋਂ ਵੋਟਾਂ ਪਾਉਣ ਤੇ ਇਸ ਕਰਕੇ ਇਸ ਵੇਲੇ ਜਿਹੜੇ ਪ੍ਰਬੰਧ ਹੈ ਉਹ ਪੁਲਿਸ ਦੇ ਹੱਥਾਂ ਵਿੱਚ ਆ ਗਏ ਗਏ ਨੇ ਔਰ ਪੂਰੇ ਇੱਥੇ ਜਿਹੜਾ ਪੁਖਤਾ ਪ੍ਰਬੰਧ

ਤਾਨੂੰ ਫੋਲੋ ਕਰੋ ਟਵਿੱਟਰ ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ